ਵਾਕ ਬੰਦਾ ਸਾਰੇ ਮੈਂਬਰ ਜੀ ਜਿਹੜੇ ਪਾਪ ਪਰਿਵਾਰ ਨੂੰ ਪਾਲਦਾ ਤਾ ਬਾਕੀ ਗਰੀਬੀ ਦੇ ਵਿੱਚ ਟਾਈਮ ਕੱਢਿਆ ਸੀ ਮੈਂ ਤਾਂ ਇਹਨਾਂ ਦੀ ਅਫਸਰ ਤਾਂ ਪਹਿਲਾਂ ਹੀ ਉਹਨਾਂ ਦਾ ਪਹਿਲਾਂ ਦੇ ਇਲਾਜ ਚੱਲਦਾ 20 ਸਾਲ ਹੋ ਗਏ ਜੀ ਬਾਕੀ ਸਾਨੂੰ ਮਾਣ ਵੀ ਸਾਡਾ ਬੱਚਾ ਦੇਸ਼ ਦੇ ਲੇਖ ਲੱਗ ਗਿਆ ਜੀ जिस दे दुल्हन दे हत्थां दी मेहंदी अजे सुकी नहीं सी ते बाहां विच चूड़ा अजे भी शिंगार बनिया होया सी जिस पुत दे विआह दी खुशी च अज भी परिवार च हासे ठट्ठे वाला माहौल पैदा हो जांदा सी की बीती है उसे फौजी गज्जन सिंह दे इन्हां परिवारक मैंबरां ते उस दी दुल्हन ते जदों उन्नू पता लगता है कि हुण उसका पति उन्हां दा पुत शहीद हो चुका है गज्जन सिंह जिसका विआह बीती फरवरी महीने च होया सी गज्जन सिंह अपने व्याह लई किसानी झंडे नूं हाथ च फड़ के अपनी डोली नूं ट्रैक्टर ते लिजा के घर पुज्जिया सी ते व्याह तों बाद दुबारा ड्यूटी ते गए गज्जन सिंह ने अजे दो दिन बाद 13 अक्तूबर नूं 10 दिन की छुट्टी लैके पिंड आना सी पर कुदरत नूं कुछ होर ही मंजूर सी जी हाँ जम्मू कश्मीर के पुंछ जिले च अतवादियों नाल लोहा लैंदिया एक JCO समेत शहादत पाण वाले 5 सैनिकां शामिल है जिला रूपनगर के ब्लाक नूरपवेदी नाल संबंधित पिंड पचंडा का यह नौजवान सैनिक गज्जन सिंह पुत्र चरण सिंह जो भी देश लई लड़दियां लड़दियां शहादत का जाम पी गया तस्वीरां गज्जन सिंह फौजी के घर दियां हन जिथे विलाप करते परिवारक मैंबर देखे नहीं जा सकते हत्थां विच लाल सूआ चूड़ा पाके ताहां मार के रो रही उसकी पत्नी दियां आवाजां कालजे नूं वलूंदर रहियां हन हर एक चेहरे ते सिर्फ गमगीन मातमी माहौल छाया होया है ਬਾਕੀ ਗਰੀਬੀ ਦੇ ਵਿੱਚ ਟਾਈਮ ਕੱਢਿਆ ਸੀ ਮੈਂ ਤਾਂ ਇਹਨਾਂ ਦੀ ਅਫਸਰ ਤਾਂ ਪਹਿਲਾਂ ਹੀ ਉਹਨਾਂ ਦਾ ਪਹਿਲਾਂ ਦੇ ਇਲਾਜ ਚੱਲਦਾ 20 ਸਾਲ ਹੋ ਗਏ ਜੀ ਬਾਕੀ ਹੋਰ ਬਾਪੂ ਖੇਤੀਬਾੜੀ ਪਰ ਨਿਰਭਰਤਾ ਖੇਤੀਬਾੜੀ ਵੀ ਕੋਈ ਖਾਸ ਹੈ ਨਹੀਂ ਜੀ ਸਿਰਫ 2 ਕਿੱਲੇ ਹੈ ਚਾਰ ਭਾਈ ਹੈ ਜੀ ਬਾਕੀ ਸਾਨੂੰ ਮਾਣ ਵੀ ਹੈ ਸਾਡਾ ਬੱਚਾ ਦੇਸ਼ ਦੇ ਲੇਖ ਲੱਗ ਗਿਆ ਜੀ ਉਹਦਾ ਵੀ ਕੁਝ ਨਹੀਂ ਕਹਿ ਸਕਦਾ ਜੀ ਹਲੀਮੀ ਨਾਲ ਬੋਲਣਾ ਹਰੇਕ ਨਾਲ ਪਿੰਡ ਦੇ ਵਿੱਚ ਬੱਚੇ ਨਾਲ ਬਜ਼ੁਰਗਾਂ ਨਾਲ ਤਾਂ ਸਤਿਕਾਰ ਕਰਦਾ ਹੀ ਸਕਾ ਜੀ ਉਹ ਬੱਚਿਆਂ ਨਾਲ ਵੀ ਉਸੇ ਤਰ੍ਹਾਂ ਸਤਿਕਾਰ ਕਰਦਾ ਸਕਾ ਜੀ ਇਹ ਗੱਲ ਕਹਿਣੀ ਬੜੀ ਸੌਖੀ ਜੀ ਲੱਗਦੀ ਸੀਗੀ ਫੋਨਾਂ 'ਤੇ ਸਟੇਟਸ ਪੜ੍ਹ ਲੈਣੇ ਬੜੇ ਸੌਖੇ ਜਿਹੇ ਲੱਗਦੇ ਸੀਗੇ ਕੋਈ ਜਵਾਨ ਸ਼ਹੀਦ ਹੋ ਗਿਆ ਪਰ ਜਦੋਂ ਆਪਣੇ ਘਰ ਵਿੱਚ ਆਉਂਦੀ ਗੱਲ ਫਿਰ ਪਤਾ ਲੱਗਦਾ ਕਿੰਨਾ ਦੁੱਖ ਹੈ
ਹੱਥੀ ਪਾਲ ਬਣਾ ਕੇ ਤੋੜ ਦਿੱਤੇ। ਅਤੇ ਨੰਬਰ ਦੋ 'ਤੇ ਦੁਨੀਆ ਇਹ ਗੱਲ ਜਾਣਦੀ ਆ ਸਾਡੇ ਜਿਹੜੇ ਜਵਾਨ ਹੈ ਬਾਰਡਰਾਂ 'ਤੇ ਲੜ ਰਹੇ ਹੈ ਇੱਕ ਗਰੀਬ ਪਰਿਵਾਰ ਹੈ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾ ਰਿਹਾ ਸੀਗਾ ਕਿਸੇ ਨਾ ਕਿਸੇ ਤਰ੍ਹਾਂ। ਚੰਨ ਸੌ ਨੂੰ ਹੁਣ ਟਾਈਮ ਆਇਆ ਸੀਗਾ ਚਲੋ ਬੱਚਾ ਭਰਤੀ ਹੋ ਗਿਆ ਉਹਦਾ ਵਿਆਹ ਦਿੱਤਾ ਬੱਚੇ ਵਿਆਹ ਹੋ ਗਏ ਚਲੋ ਹੁਣ ਟਾਈਮ ਆਇਆ ਸੀਗਾ ਦੇਖਣ ਦਾ ਪਰ ਕੁਦਰਤ ਨੂੰ ਕੁਛ ਹੋਰ ਹੀ ਮਨਜ਼ੂਰ ਸੀਗਾ। ਸਾਡੇ ਬੱਚੇ 'ਤੇ ਸਾਨੂੰ ਮਾਣ ਵੀ ਹੈ ਸਾਡਾ ਬੱਚਾ ਦੇਸ਼ ਦੀ ਖਾਤਰ ਸ਼ਹੀਦੀ ਪਾ ਗਿਆ ਪਰ ਅੰਦਰੋਂ ਜਿਹੜੀ ਦਿਲ ਦੀ ਦੁੱਖ ਵੀ ਲੱਗਦਾ ਹੈ ਕਿ ਜਿਹੜੇ ਲੋਕ ਪਿੱਛੇ ਬੈਠੇ ਗੱਲਾਂ ਕਰਦੇ ਆ ਉਹ ਕੀ ਜਾਣਦੇ ਆ ਇੱਕ ਨੌਜਵਾਨ ਦੀ ਕੀਮਤ ਕੀ ਹੁੰਦੀ ਹੈ। ਸਰਕਾਰਾਂ ਥੋੜ੍ਹੇ ਜਿਹੇ ਪੈਸੇ ਦੇ ਕੇ ਇਸ ਗੱਲ ਨੂੰ ਠੰਡਾ ਕਰਨੀਆਂ ਚਾਹੁੰਦੀਆਂ ਪੁੱਤ ਨਹੀਂ ਮਿਲਦੇ ਇਹ ਕੀਮਤਾਂ ਨਾਲ ਨਹੀਂ ਗੱਲਾਂ ਹੁੰਦੀਆਂ। ਮੈਂ ਕਹਿੰਦਾ ਵੀ ਕਿਸੇ ਇਹੋ ਜਿਹੜੇ ਲੋਕ ਪੈਸਿਆਂ ਦੇ ਨਾਲ ਤੋਲਦੇ ਆ ਪੁੱਤਾਂ ਨੂੰ ਆਪਣੇ ਪੁੱਤਾਂ ਨੂੰ ਭੇਜ ਕੇ ਦੇਖਣ ਅਸੀਂ ਆਪਣਾ ਸਭ ਕੁਛ ਵੇਚ ਕੇ ਦੇ ਦੇਵਾਂਗੇ ਉਹਨਾਂ ਨੂੰ ਆਪਣੇ ਪੁੱਤ ਸ਼ਹੀਦ ਕਰਾ ਕੇ ਦੇਖਣ। ਸਾਨੂੰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁੜਤੀ ਦਿੱਤੀ ਆ ਅਸੀਂ ਤਾਂ ਲੋਕ ਹਾਂ ਬਈ ਅਸੀਂ ਦੇਸ਼ ਦੀ ਖਾਤਰ ਅਸੀਂ ਤਾਂ ਸ਼ਹੀਦੀਆਂ ਦੇ ਜਾਮ ਪੀ ਜਾਂਦੇ ਹਾਂ ਪਰ ਸੱਜਣੋ ਪਤਾ ਉਦੋਂ ਹੀ ਲੱਗਦਾ ਜਦੋਂ ਕਿਸੇ ਦੇ ਨਾਲ ਬੀਤਦੀ ਆ। ਸੋ ਅਸੀਂ ਤਾਂ ਇਹ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹੋ ਜਿਹਾ ਜਿਹੜਾ ਮਾਹੌਲ ਬਣਿਆ ਹੋਇਆ ਇਸ ਮਾਹੌਲ ਨੂੰ ਕਿਰਪਾ ਕਰਕੇ ਤਬਦੀਲ ਕਰਨ ਬਾਰਡਰਾਂ ਦੇ ਉੱਤੇ ਲੜਾਈਆਂ ਕਢਾਈਆਂ ਬੰਦ ਕਰਨ। ਇਹ ਸਰਕਾਰਾਂ ਦੇ ਹੱਥਾਂ ਵਿੱਚ ਹੁੰਦੀਆਂ ਗੱਲਾਂ ਸਰਕਾਰਾਂ ਪਤਾ ਨਹੀਂ ਕਿਉਂ ਸਾਡੀ ਕੀਮਤ ਇੰਨੀ ਕੁ ਰੱਖ ਦਿੰਦੀਆਂ ਕਿ ਅਸੀਂ ਆਪ 50 ਕੁ ਲੱਖ ਰੁਪਈਆ ਕਰੋੜ ਰੁਪਈਆ ਦੇ ਕੇ ਸਾਡੇ ਪੁੱਤਾਂ ਦੀ ਕੀਮਤ ਪਾ ਦਿੰਦੀ ਆ। ਪੁੱਤਾਂ ਦੀ ਕੀਮਤ ਇੱਦਾਂ ਨਹੀਂ ਪੈਂਦੀ ਪੁੱਤ ਬੜੇ ਕੀਮਤੀ ਆ ਬੜੇ ਮਹਿੰਗੇ ਮਿਲਦੇ ਆ। ਸੋ ਇਸ ਕਰਕੇ ਸਾਡੀ ਬੇਨਤੀ ਹੈ ਸਾਨੂੰ ਮਾਣ ਵੀ ਹੈ ਆਪਣੇ ਬੱਚੇ 'ਤੇ ਕਿ ਸ਼ਹੀਦੀ ਪਾ ਗਿਆ ਦੇਸ਼ ਦੀ ਖਾਤਰ ਕੌਮ ਦੀ ਖਾਤਰ ਸ਼ਹੀਦੀ ਪਾ ਗਿਆ ਉਹ। ਵਾਹਿਗੁਰੂ।